ਤਰਨ ਤਾਰਨ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਚੌਂਕ ਪਾਨ ਸਿੰਘ ਵਿਖੇ ਸਥਿਤ ਇੱਕ ਘਰ ਦੇ ਵਿੱਚ ਸੁਖਾਸਨ ਦੀ ਅਵਸਥਾ ਵਿੱਚ ਰੱਖੇ ਗੁਰੂ ਮਹਾਰਾਜ ਜੀ ਦੇ ਸਰੂਪ ਦੇ ਨਜ਼ਦੀਕ ਸਮੈਕ ਤੇ ਤੰਬਾਕੂ ਦੀਆਂ ਪੁੜੀਆਂ ਪਾਈਆਂ ਗਈਆਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਨੂੰ ਜਿਵੇਂ ਹੀ ਇਸ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਨੇ ਛਾਪੇਮਾਰੀ ਕਰਕੇ ਦੋ ਨੌਜਵਾਨਾਂ ਨੂੰ ਹੈਰਾਨ ਸਮੇਤ ਗ੍ਰਿਫਤਾਰ ਕਰ ਲਿਆ। ਦੱਸ ਦੇਈਏ ਕਿ ਇਹਨਾਂ 'ਚ ਇੱਕ ਨੌਜਵਾਨ ਦੇ ਪਰਿਵਾਰਕ ਮੈਂਬਰ ਵਿਦੇਸ਼ ਗਏ ਹੋਏ ਸਨ ਅਤੇ ਇਹੀ ਨੌਜਵਾਨ ਆਪਣੇ ਦੋਸਤ ਨੂੰ ਸਦਕੇ ਘਰ ਦੇ ਵਿੱਚ ਨਸ਼ਾ ਕਰ ਰਿਹਾ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਪੰਜਾਬ ਦੇ ਸਿੰਘਾਂ ਵੱਲੋਂ ਗੁਰੂ ਸਾਹਿਬ ਜੀ ਦੇ ਸਰੂਪ ਨੂੰ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਤੁਰੰਤ ਮਾਨ ਮਰਿਆਦਾ ਦੇ ਨਾਲ ਸੁਸ਼ੋਭਿਤ ਕਰਵਾ ਦਿੱਤਾ ਗਿਆ ਹੈ। ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਨੌਜਵਾਨਾਂ ਦੀ ਪਛਾਣ ਵਿਕਰਮਜੀਤ ਸਿੰਘ ਉਰਫ ਵਿਕਰਮ ਪੁੱਤਰ ਹਰਬਿੰਦਰ ਸਿੰਘ ਅਤੇ ਹਰਪਾਲ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਮੁਰਾਦਪੁਰ ਵਜੋਂ ਹੋਈ ਹੈ। ਇਹਨਾਂ ਕੋਲੋਂ 3 ਗ੍ਰਾਮ ਹੈਰੋਇਨ ਅਤੇ ਹੋਰ ਵੀ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ, ਜਿਨ੍ਹਾਂ ਦੇ ਵਿਰੁੱਧ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦਹੀਂ ਵਾਲੇ ਬਾਜ਼ਾਰ ਦੇ ਵਿੱਚ ਪਹੁੰਚੇ ਹਾਂ। ਇੱਥੇ ਵਿਕਰਮ ਸਿੰਘ ਦੇ ਨਾਂ ਦੇ ਵਿਅਕਤੀ ਰਹਿ ਰਿਹਾ ਸੀ। ਇਹਦਾ ਮਾਂ ਪਿਓ ਬਾਹਰ ਆਸਟ੍ਰੇਲੀਆ ਦੇ ਵਿੱਚ ਹੈ। ਜਦੋਂ ਅਸੀਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਮੌਕੇ 'ਤੇ ਆਏ ਤਾਂ ਇਹ ਖੁਦ 2 ਜਣੇ ਸਾਨੂੰ ਮਿਲੇ ਸਨ, ਇੱਕ ਤਾਂ ਵਿਕਰਮ, ਦੂਜਾ ਹਰਪਾਲ ਸਿੰਘ, ਜਿਨ੍ਹਾਂ ਦੇ ਕੋਲ ਸਮੈਕ ਦੇ ਨਾਲ ਲੈਟਰ ਦੇ ਨਾਲ ਸਮੈਕ ਪੀਣ ਵਾਲੇ ਕਾਗਜ਼ ਉਹ ਫੜੇ ਗਏ ਨੇ। ਅਤੇ ਜਦੋਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਉੱਪਰਲੇ ਕਮਰੇ ਜਾ ਕੇ ਦਰਸ਼ਨ ਕੀਤੇ ਅਤੇ ਉੱਥੇ ਮਹਾਰਾਜ ਦਾ ਪ੍ਰਕਾਸ਼ ਨਹੀਂ ਸੀ, ਸੁਖਾਸਨ ਸੀ, ਲੰਮੇ ਸਮੇਂ ਤੋਂ ਮਹਾਰਾਜ ਦੇ ਸੁਖਾਸਨ ਸਨ ਅਤੇ ਮਹਾਰਾਜ ਦੀਆਂ ਪੋਥੀਆਂ ਦਾ ਬਹੁਤ ਨਿਰਾਦਰ ਹੋਇਆ ਅਤੇ ਨਾਲ ਉੱਥੇ ਬੀੜੀ ਤੰਬਾਕੂ ਅਤੇ ਸ਼ਰਾਬ ਦਾ ਸੇਵਨ ਵੀ ਚੱਲਦਾ ਸੀ, ਕਿਉਂਕਿ ਬੀੜੀਆਂ ਦੇ ਉੱਤੇ ਕੋਕ ਅਤੇ ਤੰਬਾਕੂ ਦੀਆਂ ਜਿਹੜੀਆਂ ਪੁੜੀਆਂ ਪਈਆਂ ਹੋਈਆਂ ਸਨ। ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਕਿ ਇਹਨਾਂ ਦੋਸ਼ੀਆਂ ਉੱਪਰ ਸਖ਼ਤ ਕਾਰਵਾਈ ਕਰਕੇ ਇਹਨਾਂ ਦੀ ਤਹਿ ਤੱਕ ਦਾ ਜਾਇਆ ਜਾਵੇ, ਕਿਉਂਕਿ ਇਹਨਾਂ ਕੋਲੋਂ ਕਾਫੀ ਸਮੈਕ ਫੜੀ ਗਈ ਹੈ। ਉਹ ਕਿੱਥੋਂ ਲਿਆਂਦੀ ਹੈ, ਕਿਹੜਾ ਵੇਚ ਰਿਹਾ ਹੈ, ਕਿਉਂਕਿ ਪੰਜਾਬ ਸਰਕਾਰ ਕੈਪਟਨ ਨੇ ਗੁਰਦਾ ਸਾਹਿਬ ਲੈ ਕੇ ਸਹੁੰ ਖਾਧੀ ਹੈ ਕਿ ਮੈਂ ਪੰਜਾਬ ਵਿੱਚ 3 ਮਹੀਨੇ ਨਸ਼ਾ ਬੰਦ ਕਰ ਦੂੰਗਾ। ਨਸ਼ਾ ਅਜੇ ਤੱਕ ਨਹੀਂ ਬੰਦ ਹੋਇਆ। ਨਸ਼ੇ ਦੇ ਨਾਲ ਪੰਜਾਬ ਦੇ ਵਾਸੀ ਜਿਹੜੇ ਵੱਸ ਰਹੇ ਨੇ ਉਹ ਉੱਜੜ ਰਹੇ ਨੇ ਅਤੇ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਇਹ ਨਸ਼ਾ ਵੀ ਬੰਦ ਕੀਤਾ ਜਾਵੇ ਅਤੇ ਇਹਨਾਂ ਦੋਸ਼ੀਆਂ ਉੱਤੇ ਭਾਂਤੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੁਲਿਸ ਮੌਕੇ 'ਤੇ ਪਹੁੰਚੀ ਹੈ ਤਾਂ ਕੀ ਕਰ ਰਹੀ ਹੁਣ? ਹਾਂ, ਹੁਣ ਬਿਆਨ ਲਿਖਣ ਲੱਗੇ, ਸਾਡੇ ਬਿਆਨ ਦੇ ਆਧਾਰ 'ਤੇ ਇਹਨਾਂ ਦੇ ਭਾਂਤੀ ਕਾਨੂੰਨੀ ਕਾਰਵਾਈ ਕਰਵਾਉਂਦੇ। ਕੋਈ ਦੋਸ਼ੀ ਫੜਿਆ ਗਿਆ ਨਾਲੇ? ਹਾਂ, ਦੋਸ਼ੀ ਦੋਨੋਂ ਫੜੇ ਗਏ ਜੀ। ਦੋਨੋਂ ਫੜੇ ਗਏ ਨੇ, ਪਰ ਇਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਇਤਰਾ ਕਰਨਾ, ਜੇ ਨਸ਼ਾ ਕਰਨਾ ਇਹ ਕਿੱਡੀ ਵੱਡੀ ਬੇਅਦਬੀ ਦੀ ਗੱਲ ਹੈ। ਵੱਡੀ ਬੇਅਦਬੀ ਹੈ। ਸ੍ਰੀ ਅਕਾਲ ਤਖਤ ਜਥੇਦਾਰਾਂ ਨੂੰ ਵੀ ਸੁਚੇਤ ਹੋ ਜਾਣਾ ਚਾਹੀਦਾ, ਜੇ ਅੱਜ ਬਣਾਉਣ ਤਾਂ ਮਾੜੀ ਗੱਲ ਹੈ ਉਹਨਾਂ ਵਾਸਤੇ। ਕੀ ਕਾਰਵਾਈ ਮੰਗ ਕਰਦੇ ਹੋ? ਅਸੀਂ ਮੰਗ ਕਰਦੇ ਹਾਂ ਕਿ ਇਹਨਾਂ ਦੀ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਨੂੰ ਸਿੱਖਾਂ ਦੇ ਅੰਦਰ ਭੇਜਿਆ ਜਾਵੇ, ਜੇਲ੍ਹਾਂ ਦੇ ਅੰਦਰ ਪਾ ਦਿੱਤਾ ਜਾਵੇ। ਬਿਊਰੋ ਰਿਪੋਰਟ, ਟਰੂ ਸਕੂਪ।